ਸੋ ਜੀ ਅਗਲੇ ਸਟੂਡੈਂਟ ਸਿਮਰਨਜੀਤ ਕੌਰ ਕੈਨੇਡਾ ਦਾ ਵੀਜ਼ਾ ਆ ਗਿਆ ਇਹਨਾਂ ਦਾ ਵੀ ਕੰਗ੍ਰੈਚੁਲੇਸ਼ਨ ਸਿਮਰਨ ਥੈਂਕ ਯੂ ਮੈਮ ਖੁਸ਼ ਹੋ ਪੂਰਾ ਹਾਂਜੀ ਬਹੁਤ ਕੋਈ ਨਰਵਸਨੈਸ ਤਾਂ ਨਹੀਂ ਥੋੜ੍ਹੀ ਬਹੁਤ ਆ ਲਿਟਲ ਬਿਟ ਐਕਸਾਈਟਮੈਂਟ ਵੀ ਹੈ ਅਤੇ ਨਰਵਸਨੈਸ ਵੀ ਹੈ ਓਕੇ ਨਾਈਸ ਅਤੇ ਹੁਣ ਫਿਰ ਕਿਹੜੇ ਕਾਲਜ 'ਚ ਜਾ ਰਹੇ ਹੋ ਮੈਂ ਸੋ ਕਾਲਜ ਸੋਲ ਸੈਂਟ ਮੈਰੀ ਓਨਟਾਰੀਓ 'ਚ ਜਾ ਰਹੀ ਹਾਂ ਓਕੇ ਅਤੇ ਸਟ੍ਰੀਮ ਮੇਰੀ ਸਟ੍ਰੀਮ ਹੈ ਉਹ ਪ੍ਰੋਟੈਕਸ਼ਨ ਸਿਕਿਉਰਟੀ ਐਂਡ ਇਨਵੈਸਟੀਗੇਸ਼ਨ ਮੇਰਾ ਉਹ ਹੈ ਪ੍ਰੋਗਰਾਮ ਓਕੇ ਅਤੇ ਇੱਥੇ ਕੀ ਸਟੱਡੀ ਕੀਤੀ ਹੈ ਮੈਂ ਪਲੱਸ ਟੂ ਕੀਤੀ ਆ ਨੋਨ ਮੈਡੀਕਲ 'ਚ ਅਤੇ ਮੇਰੇ ਓਵਰ 68% ਤੇ ਇੱਥੇ ਅਤੇ ਮੇਰੀ ਆਈਲਟਸ 6.5 ਓਵਰਆਲ ਓਵਰਆਲ ਓਕੇ ਅਤੇ ਪਲੱਸ ਟੂ ਹੁਣੇ ਕੰਪਲੀਟ ਕੀਤੀ ਕਦੋਂ ਕੀਤੀ ਨਹੀਂ 2017 'ਚ ਕੀਤੀ ਸੀ ਮੈਂ ਓਕੇ ਅਤੇ ਹੁਣ ਜਿਹੜੀ ਸਟ੍ਰੀਮ ਚੂਜ਼ ਕੀਤੀ ਹੈ ਖੁਦ ਵੀ ਇਹੀ ਕਰਨੀ ਸੀ ਇਹੀ ਕਾਲਜ ਲੋਕੇਸ਼ਨ ਇੱਥੇ ਜਾਣਾ ਸੀਗਾ ਜਾਂ ਲੈਂਡਮਾਰਕ ਨੇ ਸੁਜੈਸਟ ਕੀਤਾ ਇਹ ਦੋਨੋਂ ਦੇ ਇਹੀ ਵਿਊ ਸੀ ਕਿ ਵਧੀਆ ਕੰਟਰੀ ਹੈ ਕੈਨੇਡਾ ਵੀ ਅਤੇ ਓਨਟੈਰੀਓ ਵੀ ਵਧੀਆ ਹੈ ਅਤੇ ਸੋ ਸਾਲਟ ਕਾਲਜ ਦੇ ਵੀ ਕਾਫੀ ਅੱਛੇ ਰਿਵਿਊਜ਼ ਅਤੇ ਤਾਂ ਕਰਕੇ ਆਹ ਸੁਜੈਸਟ ਕੀਤਾ ਓਕੇ ਅਤੇ ਲੈਂਡਮਾਰਕ ਦਾ ਪਤਾ ਕਿੱਦਾਂ ਲੱਗਾ ਤੁਹਾਨੂੰ ਐਕਚੁਲੀ ਮੈਂ ਯੂਟਿਊਬ 'ਤੇ ਸਰਚ ਕੀਤਾ ਸੀ ਅਤੇ ਮੇਰੇ ਫਰੈਂਡ ਸਰਕਲਸ ਨੇ ਵੀ ਦੱਸਿਆ ਕਿ ਵਧੀਆ ਇਮੀਗ੍ਰੇਸ਼ਨ ਹੈ ਅਤੇ ਵਧੀਆ ਮਤਲਬ ਵੀਜ਼ੇ 100% ਆਉਂਦੇ ਆ ਤਾਂ ਕਰਕੇ ਜੀ ਠੀਕ ਹੈ ਜੀ ਸੋ ਕਿੰਨੀ ਦੇਰ ਦੇ ਵਿੱਚ ਵੀਜ਼ਾ ਆ ਗਿਆ ਮੇਰੇ 10 ਡੇਜ਼ ਦੇ ਵਿੱਚ ਵਿੱਚ ਆ ਗਿਆ 10 ਡੇਜ਼ 'ਚ ਨਾਈਸ ਸੋ ਨਾਲ ਕੌਣ ਕੌਣ ਨੇ ਗੱਲਬਾਤ ਕੀਤੀ ਕਿਸੇ ਨਾਲ ਬਣ ਜਾਏਗਾ